सलामत रहो वसदे रहो। एक हुक्म पूरा कर देवा नबी आसरा نبی اللہ یا رسول اللہ صلی اللہ علیہ وسلم نبی آسرا دس سال ہو گئے نے اس قصیدے نو پڑھ دیا نہیں تے سال بعد مور شدہ قصیدہ دس سال ہو گئے نہیں تو سال بعد چھ مہینے بعد نواں تو نواں قصیدہ کوئی نہ کوئی آندا رہندا پڑھ دینا واحد قصیدہ ہے علی رضا شیخوپور دے ذاکر محمد علی رضا کمبر صاحب دے نواسے انہاں دا لکھیا ہے زیادتی نہ ہو جائے میں جہاں دا لکھیا ہو میں نام لینا یہ زیادتی کر نہیں حالانکہ بندیاں نوں داد پتہ کیویں ملدی اماں ہن یاد ہے نا میں مصلے تے لکھ کے لیا واہ واہ پاک ممبر دی عزت دی قسم میں ممبر تے کھلو کے جڑا ہی جھوٹ بولیا نا میں پکڑی چ گیا تو اس تو بہتر ہے میں بولا ہی نا ویکھو اے جڑا ممبر ہے حضرت امام حسین بادشاہ دی قبر دی شبی ہے تے پھر بڑے کو حوصلے والا بندہ نا جڑا مولا دی قبر تے کھلو کے وکوڑ مارے علی رضا شیخوپور نبی آسرا ایک کل جہان دا نبی دا آسرا امام حسین دی خدیجہ آمنہ تے ہوا یاسیاں اونا دی پیشوا امام حسین دی نبی آسرا مریم یہ جان دیئے جلو رب چاو دھاوے جبریل جہدے بوہیتے بل پچھیاں نہ جاوے خاتون کوئی یو جائی سین دی کیویں ہم سر بلے جہدے قدم یوتے رکھے حسین سر او وارث حیا امام حسین دی نبی آسرا بہت پیارا شعر عرشی وی ایسے بوہے تے جھکدے رہندے نے سارے مرسل وی ایسے بوہے تے رکدے رہندے نے سارے کہری وجہ ہائی محمد جی آپیو بھی اٹھدا رہا تو کیوں نہیں سمجھیا نبیاں واسطے خدا دی بارگاہ امام حسین دی تو کیوں نہیں سمجھیا نبیاں واسطے خدا دی بارگاہ امام حسین دی تو کیوں نہیں سمجھیا جہدے واسطے نبی اٹھدا ایک نہیں دو نہیں پونے چار گھنٹے کھلوتی رہی میں گزارش کی تھی نا میرا آج دا موضوع ہے جناب سیدہ پھر سنو
ਮੈਂ ਪਿਆ ਪੜ੍ਹਦਾ, ਇੱਕ ਨਹੀਂ ਜਿਹਦੇ ਵਾਸਤੇ ਨਬੀ ਉੱਠਦਾ, ਦੋ ਨਹੀਂ ਤ੍ਰੈ ਨਹੀਂ ਪੌਣੇ ਚਾਰ ਘੰਟੇ ਖੜੀ ਰਹੀ ਹੈ। ਪੌਣੇ ਚਾਰ ਘੰਟੇ ਦੇ ਬਾਅਦ ਬੀਬੀ ਰੋ ਕੇ ਆਦੀ ਹੈ, ਚਾਚਾ ਸਲਮਾਨ ਇਹਨਾਂ ਨੂੰ ਆਖ ਮੈਂ ਥੱਕ ਪਈ ਹਾਂ। ਅੱਲਾਹੁ ਅਕਬਰ। ਮਸਜਿਦ ਮੇ ਚੁੱਪ ਖੜੀ ਹੈ ਰਿਸਾਲਤ ਕੀ ਆਗ, ਕੋਈ ਸਵਾਲ ਕਰਨਾ ਸਿਖਾ ਦੇ ਬਤੂਰ ਕੋ। ਪੌਣੇ ਚਾਰ ਘੰਟੇ ਦੇ ਬਾਅਦ ਮੁਸਲਮਾਨ ਡੇ ਕੇ ਆਦਨ ਕਿਵੇਂ ਆਈਏ। ਬਲਕਿ ਮੈਂ ਇੱਥੋਂ ਤੱਕ ਸੁਣਿਆ ਅਸਾਂ ਸ਼ੀਆ ਮਰ ਜਾਂਦੇ ਲਫ਼ਜ਼ ਨਾ ਸੁਣਦੇ। ਇਹਨਾਂ ਆਖਿਆ ਤੂੰ ਕੌਣ ਹੈ, ਸਾਰੀ ਜ਼ਿੰਦਗੀ ਵਾਸਤੇ ਰੋਣ ਵਾਸਤੇ ਮੇਰਾ ਘਰ ਲਫ਼ਜ਼ ਕਾਫੀ ਹੈ। ਜ਼ਾਲਮ ਡੇ ਕੇ ਆਦਨ ਤੂੰ ਕੌਣ ਹੈ। ਬੀਬੀਆਂ ਦੀਆਂ ਮੈਨੂੰ ਸੁਝਾਣੋ, ਮੈਂ ਤੁਹਾਡੇ ਨਬੀ ਦੀ ਧੀਆਂ, ਕਿਵੇਂ ਆਈ ਹੈ ਕਿਵੇਂ ਆਈ ਹੈ। ਅੱਲਾਹ ਕਰੇ ਲਫ਼ਜ਼ ਦੋ ਚਾਰ ਤੁਹਾਡੇ ਤੱਕ ਪਹੁੰਚਾ ਲਵਾਂ। ਜਿਹੜਾ ਆਖਿਆ ਕਿਵੇਂ ਆਈ ਹੈ, ਬੁਰਕੇ ਦੇ ਅੰਦਰੋਂ ਪਿਓ ਦੇ ਹੱਥ ਦੀ ਲਿਖੀ ਹੋਈ ਤਹਿਰੀਰ ਕੱਢੀ, ਮੁਸਲਮਾਨਾਂ ਦੇ ਹਵਾਲੇ ਕੀਤੀ ਹੈ, ਸ਼ਾਹ ਜੀ ਦਰਬਾਰ ਚ ਤਹਿਰੀਰ ਫਿਰਦੀ ਰਹੀ ਹੈ। ਆਖਰ ਇੱਕ ਜ਼ਾਲਮ ਨੇ ਤਹਿਰੀਰ ਫਾੜ ਕੇ ਬੀਬੀ ਰੋ ਕੇ ਆਦੀ ਹੈ, ਜ਼ਮੀਨ ਤੇ ਨਾ ਸੱਟੇ ਮੇਰੇ ਬਾਬੇ ਦੀ ਮੁਕੱਦਸ ਤਹਿਰੀਰ ਰਹੀ। ਬੀਬੀ ਆਦੀ ਹੈ ਮੇਰੇ ਪਿਓ ਦਾ ਤਖਤ ਸੰਭਾਲ ਗਈ, ਕਾਨੂੰ ਲਿਉਂਦੇ ਬਦਲਾ ਨਹੀਂ, ਹੱਕ ਨਾ ਪਿਆਡੇ ਮੇਰੇ ਪਿਓ ਦਾ ਲਿਖਿਆ ਉਹਦੇ ਮਿੰਬਰ ਉੱਤੇ ਛੁੱਟ। ਮੇਰੇ ਪੁੱਤਰ ਮੋਏ ਮੈਡੀ ਨਿਭ ਵੈਸੀ ਮੈਡੀ ਧੀ ਪਰਦੇਸ। ਅੱਲਾਹ ਅਕਬਰ। ਪਿਓ ਦੀ ਸਨਦ ਦੇ ਪੁਰਜ਼ੇ ਬਹਿ ਕੇ ਚੁਣਦੀ ਰਹੀਏ, ਬਾਬੇ ਦੇ ਅਸਹਾਬਾਂ ਕੋਲੋਂ ਝਿਣਕੀਂਦੀ ਰਹੀਏ, ਖੁਦ ਮੁਰਤਾਜ਼ਾ ਇਹਦੇ ਪਾਸੇ ਉੱਤੇ ਪੱਟੀਆਂ ਬੰਨਦਾ ਰਿਹਾ, ਖੁਦਾਏ ਜਾਣਦਾ ਭਰੇ ਜਹਾਨ ਤੇ ਦੁੱਖਾਂ ਦੀ ਇੰਤਹਾਏ ਮਾਂ ਹੁਸੈਨ ਦੀ। ਸਦਕੇ ਸਦਕੇ ਚੱਲ ਆਏ ਅੱਖੀ ਕਿਸੇ ਹੋਰ ਦੇ ਗਮ ਵਿੱਚ ਨਾ ਰੋਣ, ਜਿਹੜੀਆਂ ਅੱਖੀ ਮੌਲਾ ਸ਼ਬੀਰ ਨੂੰ ਰੋਂਦੀਆਂ, ਜਿਹੜੀਆਂ ਇਹਨਾਂ ਦੇ ਗਮ ਵਿੱਚ ਰੋਂਦੀਆਂ। ਬਸ ਮੇਰੀ ਮੰਜ਼ਿਲ ਥੋੜ੍ਹੀ ਜਿਹੀ ਦੂਰ ਹੈ। ਪੌਣੇ ਚਾਰ ਘੰਟੇ ਦੇ ਬਾਅਦ ਵੱਲੀਏ, ਸਾਰੇ ਜਾਣਦੇ ਹੋ ਮਸਜਿਦ ਦੇ ਸਹਿਣੇ 'ਚ ਦਰਵਾਜ਼ਾ ਹੈ। ਪੌਣੇ ਚਾਰ ਘੰਟੇ ਦੇ ਬਾਅਦ ਵੱਲੀ ਹੈ। ਮੇਰਾ ਅਕੀਦਾ ਨਹੀਂ, ਕਾਫੀ ਬੰਦਿਆਂ ਕੋਲੋਂ ਕਾਫੀ ਮੌਲਾ ਮਦਾ ਖਾਨਾ ਕੋਲੋਂ ਸੁਣਿਆ, ਲੇਕਿਨ ਆਪਣੀ ਆਪਣੀ ਆਪਣਾ ਆਪਣਾ ਤਰੀਕਾ। ਮੇਰਾ ਇਹ ਅਕੀਦਾ ਨਹੀਂ ਪੜ੍ਹਦੇ ਰਹਿੰਦੇ ਨੇ ਕਿ ਆਲੀਆ ਸੈਨ ਨੇ ਮਾਂ ਕੋ ਸੁਝਾਤਾ ਨਹੀਂ, ਬਲਕਿ ਇੱਥੋਂ ਤੱਕ ਆਖਿਆ ਕਿ ਮੇਰੀ ਮਾਂ ਦਾ ਮੁਸੱਲਾ ਛੋੜ। ਨਹੀਂ, ਮੇਰਾ ਅਕੀਦਾ ਨਹੀਂ, ਬਲਕਿ ਮੈਂ ਇਹ ਜ਼ਿਆਦਾ ਰਹਿਣਾ ਆਪ ਦਰਵਾਜ਼ੇ 'ਤੇ ਵੰਜ ਕੇ ਮਾਂ ਕੋ ਸਹਾਰਾ ਦਿੱਤਾ ਹੈ। ਬੀਬੀ ਰੋ ਕੇ ਆਦੀ ਹੈ ਅੰਮਾ, ਇਤਨੇ ਥੋੜੇ ਟਾਈਮ ਵਿੱਚ ਏਡੀ ਵੱਡੀ ਤਬਦੀਲੀ ਅੰਮਾ, ਜਿਹੜੇ ਵੇਲੇ ਗਈਆਂ ਏ ਵਾਲ ਕਾਲਿਆਂ,
ਅੰਮਾ ਵਲੀਏ ਸਫੈਦ ਹੋ ਗਏ ਲੰਮਾ ਜਿਹੜੇ ਵੇਲੇ ਗਈਆਂ ਕਮਰ ਸਿੱਧੀ ਆਈ ਵਾਪਸ ਵਲੀਏ ਝੁਕ ਗਈ ਅੰਮਾ ਪਤਾ ਜੋ ਹਾਂ ਵੀ ਹੱਕ ਨਹੀਂ ਵੀ ਮਿਲਣਾ ਵੱਤ ਕਿਉਂ ਗਈਆਂ ਬੀਬੀਆਂ ਦੀਆਂ ਮੈਂ ਤੂੰ ਫਿਦਾ ਕਿਦਾ ਕੋਈ ਦਰਦ ਨਹੀਂ ਮੇਰੇ ਦਿਲ ਵਿੱਚ ਹੋਰ ਮਲਾਲੇ ਇਹ ਕੁੱਲ ਦੁਨੀਆ ਦੀ ਹਰ ਸ਼ਾਇ ਜ਼ੈਨਬ ਤੇਰੀ ਮਾਂ ਉਜੜੀ ਦਾ ਮਾਲੇ ਮਾਲ ਅੰਮਾ ਰੋਂਦੀ ਕਿਉਂ ਹੈ ਰੋਂਦੀ ਕਿਉਂ ਹੈ ਬੀਬੀਆਂ ਦੀਆਂ ਸ਼ਬੀਰ ਕੋਈ ਦਾ ਦੇਖਿਆ ਮੈਂ ਅੱਜ ਦਰਬਾਰ ਵਿੱਚ ਆਲੇ ਜਿਹੜੇ ਰੰਗ ਦਰਬਾਰ ਦੇ ਦੇਖਿਆ ਤੇਰੀ ਚਾਦਰ ਬਚਣ ਜਨਮ ਤੇਰੀ ਚਾਦਰ ਨਹੀਂ ਬਚਦੀ ਜਿਹੜੇ ਰੰਗ ਦਰਬਾਰ ਦੇ ਦੇਖਿਆ ਤੇਰੀ ਚਾਦਰ ਬਚਣ ਪੰਜ ਸੱਤ ਮਿੰਟ ਨਿਆਜ਼ੇ ਮੌਲਾ ਮਕਸਦ 'ਤੇ ਪਹੁੰਚਾ ਪੂਰੀ ਸ਼ਹਾਦਤ ਨਹੀਂ ਮੈਂ ਪੜ੍ਹ ਸਕਦਾ ਮੇਰੀ ਇਤਨੀ ਆਪਣੀ ਬਰਦਾਸ਼ਤ ਨਹੀਂ ਇੱਕ ਆਲਮੇ ਦੀਨ ਦਾ ਮੈਂ ਤੁਹਾਨੂੰ ਥੋੜ੍ਹਾ ਜਿਹਾ ਵਾਕਿਆ ਸੁਣਾ ਦਾ ਆਲਮੇ ਦੀਨ ਪਾਕਿਸਤਾਨ ਦੀ ਸ਼ਹਾਦਤ ਪੜ੍ਹਦਾ ਪਿਆ ਜੀ ਲੋਕਾਂ ਮਜਬੂਰ ਕੀਤਾ ਵੱਡੀ ਸੈਣ ਦੀ ਸ਼ਹਾਦਤ ਸੁਣਾ ਸ਼ਹਾਦਤ ਸ਼ੁਰੂ ਕੀਤੀ ਹੈ ਇਹਨਾਂ ਲਫਜ਼ਾਂ 'ਤੇ ਆਇਆ ਕਿ ਬੀਬੀ ਦੀਆਂ ਚਾਰ ਪਸਲੀਆਂ ਟੁੱਟ ਚੁੱਕੀਆਂ ਮੈਂ ਤਾਂ ਆਖਿਆ ਮੇਰੇ 'ਚ ਹਿੰਮਤ ਨਹੀਂ ਮੈਂ ਪਤਾ ਨਹੀਂ ਕਿਹੜੀ ਜ਼ੁਰਤ ਕਰਕੇ ਲਫਜ਼ ਆਖੇ ਪਤਾ ਨਹੀਂ ਤੁਸੀਂ ਬਰਦਾਸ਼ਤ ਕਿਵੇਂ ਕਰ ਲਈ ਇਹਨਾਂ ਲਫਜ਼ਾਂ 'ਤੇ ਮਜਮੇ 'ਚ ਕਾਫੀ ਲੋਕ ਬੇਹੋਸ਼ ਕਾਫੀ ਗਿਰੀਆ ਮਾਤਮ ਸ਼ੁਰੂ ਹੋ ਗਿਆ ਮਜਲਸ ਖਤਮ ਹੋ ਗਈ ਇੱਕ ਸਫੈਦ ਰੀਸ਼ ਬਜ਼ੁਰਗ ਮਜਲਸ 'ਚ ਬਹਿ ਕੇ ਇੱਕ ਮਕਾਮ 'ਤੇ ਬਹਿ ਕੇ ਰੋਂਦਾ ਬੈਠਾ ਜੀ ਮੁਸਲਸਲ ਰੋਂਦਾ ਬੈਠੇ ਮੁਸਲਸਲ ਰੋਂਦਾ ਬੈਠੇ ਮਜਲਸ ਖਤਮ ਹੋ ਗਈ ਮਾਤਮਦਾਰੀ ਸ਼ੁਰੂ ਹੋ ਗਈ ਉਹ ਬੰਦਾ ਉੱਥੇ ਹੀ ਬਹਿ ਕੇ ਰੋਂਦਾ ਬੈਠੇ ਮਾਤਮਦਾਰੀ ਖਤਮ ਹੋ ਗਈ ਦਸਤਰਖਾਨ ਲੱਗ ਗਏ ਲੰਗਰ ਸ਼ੁਰੂ ਹੋ ਗਿਆ ਉਹ ਜ਼ੈਫ ਉੱਥੇ ਹੀ ਬਹਿ ਕੇ ਰੋਂਦਾ ਬੈਠੇ ਉਹ ਅਲਾਮਾ ਸਾਹਿਬ ਆਦਮ ਕਿ ਮੈਂ ਡਿੱਠੇ ਕਿ ਇਹ ਬੰਦਾ ਮੁਸਲਸਲ ਰੋ ਰਿਹਾ ਹੈ ਮਾਤਮਦਾਰੀ ਵੀ ਖਤਮ ਹੋ ਗਈ ਹੈ ਲੰਗਰ ਦਾ ਇੰਤਜ਼ਾਮ ਵੀ ਖਤਮ ਹੋ ਗਿਆ ਇਹ ਬੰਦਾ ਰੋ ਰਿਹਾ ਕਰੀਬ ਆ ਕੇ ਆਗਾ ਕਿਹੜੀ ਚੀਜ਼ ਨੇ ਦਿਲ 'ਤੇ ਅਸਰ ਕੀਤਾ ਹੈ ਕਿਹੜੇ ਲਫਜ਼ ਨੇ ਅਸਰ ਕੀਤਾ ਹੈ ਉਹ ਜ਼ਈਫ ਰੋ ਕੇ ਆਦਾ ਹੈ ਕਿ ਆਗਾ ਮੈਂ ਹੱਡੀਆਂ ਦਾ ਡਾਕਟਰ ਹਾਂ ਤੁਸੀਂ ਜੁਮਲਾ ਪੜ੍ਹੇ ਕਿ ਚਾਰ ਪਸਲੀਆਂ ਟੁੱਟ ਚੁੱਕੀਆਂ ਇੱਕ ਪਸਲੀ ਟੁੱਟ ਵਾਂਜੇ ਬੰਦਾ ਸਾਹ ਔਖਾ ਗਿੰਦਾ ਹੈ ਮੈਂ ਇਹ ਸੋਚਦਾ ਬੈਠਾ ਬੀਬੀ ਜੀਂਦੀ ਕਿਵੇਂ ਰਹੀ ਹੈ ਅੱਲਾਹ ਅਕਬਰ ਅੱਲਾਹ ਅਕਬਰ ਬਜ਼ੁਰਗਾਂ ਤੋਂ ਸੁਣਦੇ ਆ ਰਹੇ 75 ਡੀ ਜਾਂ 90 ਡੀ 75 ਡੀ ਜਾਂ 90 ਦਿਨ ਜ਼ਿੰਦਾ ਰਹੀਏ ਜੀਂਦੀ ਰਹੀਏ ਜਿਤਨੀ ਦੇਰ ਜੀਂਦੀ ਰਹੀਏ ਸੱਜੇ ਹੱਥ ਨਾਲ ਤਸਬੀਹ ਨਹੀਂ ਪੜ ਸਕਦੀ ਬਲਕਿ ਮੈਂ ਇੰਜ ਆਖਾਂ ਤੁਹਾਡੀ ਮੁਹੱਬਤ ਵਾਸਤੇ ਇਜ਼ਾਫਾ ਕਰਾਂ ਜਿਤਨੀ ਦੇਰ ਜੀਂਦੀ ਰਹੀਏ ਤੋੜੇ ਜ਼ਖਮੀ ਆਈ ਗਾਜ਼ੀ ਦੇ ਚੋਲੇ ਹੱਥਾਂ ਨਾਲ ਸੀਂਦੀ ਰਹੀਏ ਅੱਲਾਹ ਅਕਬਰ ਤੋੜੇ ਜੋ ਜ਼ਖਮੀ ਆਈ ਇਹ ਬਜ਼ੁਰਗ ਇਹਦੇ ਪੜ੍ਹਦੇ ਹੁੰਦੇ ਹਨ ਜਿਤਨੀ ਦੇਰ ਜੀਂਦੀ ਰਹੀਏ ਗਾਜ਼ੀ ਦੇ ਚੋਲੇ ਹੱਥਾਂ ਨਾਲ ਸੀਂਦੀ ਰਹੀਏ ਸ਼ਹਾਦਤ ਦੜੀ ਕਰੀਬ ਅੱਲਾਹ ਅਕਬਰ ਫੇਣ ਫਿਜ਼ਾ ਜੀ ਸੈਣ ਮੇਰੇ ਵਾਰਸ ਕੋ ਛੱਡੋ ਮੈਂ ਟੁਰੀ ਵਹਿੰਦੀ ਹਾਂ ਮੈਂ ਆਕਾ ਅਲੀ ਦੇ ਨਾਲ ਚੰਦ ਵਸੀਤਾਂ ਕਰਨੀਆਂ
جناب فضا گئے آقا علی کو ساڈا ہے علی اندر آئے بطول کیوں سڑے بی بی آدی ہے میں لحظہ دی مہمان ہاں یا علی میں نے ایک گل دا جواب دیو میں نے پتہ لگے مدینے دے لوگ تو آپ کو سلام نہیں کر دی علی جا بہادر اچھا رنہ رو گد بطول گل ود گئی ہے میں سلام کرنا لوگ جواب نہیں دے چلا اپنے غمہ چھنا رو گئی بطول گل ود گئی ہے میں سلام کردا لوگ جواب نہیں دیندے بیبیا دی نارو ساڈے تے ملائکہ سلام کرے دین انبیاء سلام کرے دین ساڈے تے اللہ سلام بھیجے دے یا علی میں لحظے دی مہمان میں بسم اللہ کراں نو کراں یا علی میں لحظے دی مہمان میں ٹری وینیاں یا علی میری پہلی وصیت جڑے لوگ میرے بابے دے جنازے تے نہیں آئے میرے جنازے تے نام میری دوسری وصیت یا علی میرا میت آدھ رات ویلے جاوے اتنی ڈری ہوئی ہے مسلمان بھی ٹھیک ہے بطول ہن بزرگ انجے پڑھ دے ہوندے ہیں بزرگ پڑھ دے ہوندے ہیں جڑے جملے ہن پڑھنا چاہنا بزرگ پڑھ دے ہوندے ہیں بی بی وصیتاں کر دی آئیے ایک وصیت کیتی ہے یا علی میرے بعد شادی ضرور کریں اے بزرگاں دا جملہ ہے علی فرمینن بطول تیرے بعد تے شادی بی بی آدی ہے چونی ویندیاں میری ہم نام فاطمہ نام وفادار علی فرمینن بطول کیویں پتہ لگے جو وفادار ہے یا علی فاطمہ کلابیا جڑا میرے گھر آندی ہے میرا حسین پینگی چونٹھی باندھا ہے دوے ہاتھ متھے تے رکھ کے آدے اما کربلا دے غریب دا سلام وی چل اپنے غم اچ نہ رو یا علی شادی ضرور کریں اللہ اکبر بی بی ایک وصیت انج دی کیتی مدینے چ زلزلہ پیدا ہوئے سنا ما وصیت بی بی فرمانے یا علی ہاتھ وداؤ علی ہاتھ ودائے شالا میں پڑھ لواں ہاتھ وداؤ ہاتھ ودائے علی میری سائن ہاتھ پہ کئی شاعر رکھی بزرگ پڑھ دیوں دین کئی شاعر رکھی علی فرمانے بطول ایک کیڑی شاعر بی بی آدی آئی دی سام کرے اب پیو بھی حسن دا ایک تاویز رومالے رب عمر بنین کو پتر ڈیسی بنیوں دیا بازواں نسل کے میری بچڑی وجنا ہے شام دے پاس رویں پتر کا چاوے صدقے دو منٹ اور میری توقع تو زیادہ ہی بات کمار نہ مقصود نہیں ہوندا گریا ہونا چاہیے دائی گل پہنچنی چاہیے جس بند واسطے میں ساری محنت کیتی ہے اللہ اکبر ساریاں وصیتاں کرن دے بعد بی بی فرمیندے نے یا علی ہن حجرے چوں باہر لگے ہوئے میری شرما والی دھی کو بھیجو بہن فضا میری دھی کو سڑ جا علی اندر آئیں مشکل کشا دی مشکل کشا بیٹی اندر آئیں اما حکم بی بی آدی میرے سامنے بیٹھ بی بی آدی میں لحظے دی مہمان میں ٹری وینی ہاں میری لائق دھی میری چند وصیتاں اما حکم کر
بی آدھی میری پہلی وصیت میرے بعد حسن دی شادی ضرور کریں. سن سو دوسری وصیت بی آدھی حسن دی شادی بھی ضرور کریں حسن واس کفن ایک نہیں دو بنائے. بی آدھی مینو ماں دی وصیت والے پتہ لگے جڑے ویلے حسن دے جنازے تے تیران دی بارش ہوئی ہے قبرستان چو جنازہ ولے. صدقے صدقے شادی ضرور کریں کفن دو بناویں. آخری وصیت سنو بی بی دی میری نوکری ختم پہ ہوں دی. اللہ اکبر. بی بی فرمائیں میرے بعد حسین دی شادی کریں. اے او وصیت میرے حصے دیا مکانا ہو گئی ہوں ملک چ جتھے جتھے بھی پڑھیا. اللہ اکبر. حسین دی شادی ضرور کریں. ٹھیک ہے اماں جڑے ویلے حسین دی شادی تھی ونجے بی بی آدھی تہاڈا ویر حسین کو جا والے رب دے وی پتر سجا دے اوندی نازک کنڈ تے ترے واری دیویں بوسے مازا. صدقے اوندی نازک کنڈ تے ترے واری دیویں بوسے مازا تے منہ رکھ کے سونیاں تلیاں تے پیغام دیویں دکھیاں دے ماں آدھی آوی کیویں پیدل ٹر سے پاندیاں اوکھے نشان دے شان.